ਸਾਡੇ ਕੋਲ ਸਕੀਮ ਹੈ ਜੋ ਆਰਬੀਐਸਕੇ ਜਿਹੜੀ ਕਿ ਪੰਜਾਬ ਦੇ ਲਈ ਹਰ ਸੂਬੇ ਲਈ ਹੈ ਵੱਖੋ ਵੱਖ ਜਿਸ ਦਿਨ ਫ੍ਰੀ ਇਲਾਜ ਹੁੰਦਾ ਜੇ ਹੁਣ ਉਹਦੇ ਵਿੱਚ ਲੋਕ ਕੀ ਕਰ ਰਹੇ ਨੇ ਜਿਹੜੇ ਕੁਝ ਰਾਜਸਥਾਨ ਤੋਂ ਆਏ ਨੇ ਕੁਝ ਯੂਪੀ ਆ ਬਿਹਾਰ ਦੇ ਸਾਡੇ ਆਰਬੀਐਸਕੇ ਸਕੀਮ ਰਹੀਂ ਇਹ لازਮੀ ਹੈ ਕਿ ਬੱਚਾ ਸਰਕਾਰੀ ਸਕੂਲ ਚ ਪੜਨਾ ਚਾਹੀਦਾ ਜਿਹਦੇ ਲਈ ਇਲਾਜ ਫ੍ਰੀ ਹੈ ਹੁਣ ਉਹ ਕੀ ਕਰ ਰਹੇ ਨੇ ਜੋ ਧੋਖਾਧੜੀ ਅਸੀਂ ਕਈ ਵਾਰ ਫੜ ਚੁੱਕੇ ਹਾਂ ਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਉਹ ਸਿਰਫ ਰਜਿਸਟਰ ਕਰਾਉਂਦੇ ਨੇ ਸਰਕਾਰੀ ਸਕੂਲ ਦੇ ਵਿੱਚ ਜਿੱਥੋਂ ਕੋਈ ਵੀ ਜਣਾ ਮਿੰਟ ਲਾ ਕੇ ਚੈੱਕ ਕਰ ਸਕਦਾ ਹੈ ਕਿ ਕਿੱਥੇ ਪੜ੍ਹ ਰਿਹਾ ਕਿਉਂਕਿ ਰਿਜ਼ਲਟ ਤਾਂ ਦੋ ਪਾਸਿਓਂ ਨਹੀਂ ਨਿਕਲੇਗਾ ਜੀ ਮੇ ਰਜਿਸਟ੍ਰੇਸ਼ਨ ਸਰਕਾਰੀ ਸਕੂਲ ਦੀ ਹੈ ਉਹਦੇ ਆਧਾਰ ਤੇ ਉਹ ਫ੍ਰੀ ਇਲਾਜ ਜੋ ਪੰਜਾਬ ਦੇ ਵਸਨੀਕਾਂ ਦਾ ਹੋਣਾ ਸੀ ਉਹਦੇ ਉੱਤੇ ਉਹ ਨਕਲੀ ਆਪਣਾ ਰੈਜ਼ੀਡੈਂਸ਼ੀਅਲ ਪ੍ਰੂਫ ਵੀ ਤਿਆਰ ਕਰੀ ਜਾ ਰਹੇ ਨੇ ਤੇ ਉਹਦੇ ਆਧਾਰ ਤੇ ਉਹ ਭਾਵੇਂ ਉਹ ਦਿਲ ਦੀ ਸਰਜਰੀ ਹੈ ਜਾਂ ਜਿਹੜੀ ਵੀ ਚੀਜ਼ ਦਾ ਇਲਾਜ ਹੈ ਸਾਰਾ ਫ੍ਰੀ ਲੈ ਰਹੇ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਬਤੌਰ ਡਾਕਟਰ ਸਾਡੇ ਲਈ ਕੋਈ دین ਧਰਮ ਕੋਈ ਸੂਬਾ ਕੋਈ ਸਰਹੱਦ ਨਹੀਂ ਹੁੰਦੀ ਅਸੀਂ ਤਾਂ ਇਲਾਜ ਕਰਨਾ ਹੀ ਹੈ ਮੈਂ ਉਹਦੇ ਵਿਰੁੱਧ ਨਹੀਂ ਹਾਂ ਕਿ ਉਹ ਇਲਾਜ ਕਿਉਂ ਕਰਵਾ ਰਹੇ ਨੇ ਸਿਰਫ ਗੱਲ ਇਹ ਹੈ ਕਿ ਪੰਜਾਬ ਦੇ ਵਸਿੰਦੇ ਕਿੱਥੋਂ ਫ੍ਰੀ ਇਲਾਜ ਫਿਰ ਕਰਾਂ ਜੇ ਇਹ ਵਾਲੇ ਫ੍ਰੀ ਇਲਾਜ ਦੇ ਵਿੱਚੋਂ ਵੀ ਜੇ ਸਾਡਾ 20% ਦੇ ਕਰੀਬ-ਕਰੀਬ ਹਿੱਸਾ ਜੇ ਇਹ ਸਾਡੇ ਪ੍ਰਵਾਸੀ ਵੀਰ ਭੈਣਾਂ ਦਾ ਉਹਨਾਂ ਬੱਚਿਆਂ ਦੇ ਹੋ ਰਹੇ ਨੇ ਤਾਂ ਫਿਰ ਸਾਡੇ ਪੰਜਾਬੀ ਬੱਚਿਆਂ ਦਾ ਉਹ ਹਿੱਸਾ ਵੀ ਗਿਆ ਤੇ ਜਿਹੜਾ ਦੂਜੇ ਸੂਬੇ 'ਚ ਜਾ ਕੇ ਉਹ ਫ੍ਰੀ ਇਲਾਜ ਕਰਾਰੇ ਸਨ ਉਹ ਵੀ ਬੰਦ ਹੋ ਗਿਆ ਤਾਂ ਫਿਰ ਸਾਨੂੰ ਤਾਂ ਚਾਰੇ ਪਾਸਿਓਂ ਖੋਰਾ ਹੀ ਖੋਰਾ ਹੋ ਗਿਆ ਨਾ ਆ ਦੂਜੀ ਗੱਲ ਇਹ ਜਿਹੜਾ ਖੋਰਾ ਸਾਨੂੰ ਲੱਗ ਰਿਹਾ ਪੰਜਾਬੀਆਂ ਦੀ ਜਿੱਥੇ ਉਹ ਜਾਣਕਾਰੀ ਨਹੀਂ ਬਹੁਤੇ ਪੰਜਾਬੀਆਂ ਨੂੰ ਜਿੱਥੇ 0 ਤੋਂ 18 ਸਾਲ ਦੇ ਬੱਚਿਆਂ ਲਈ ਦਿਲ ਦੇ ਆਪਰੇਸ਼ਨ ਪੈਰ ਟੱਡੇ ਹੋਣ ਜਾਂ ਉਹਨਾਂ ਚ ਖੂਨ ਦੀ ਕਮੀ ਹੋਏ ਜਾਂ ਉਹਨਾਂ ਦੇ ਕੋਈ ਪਲਾਸਟਿਕ ਸਰਜਰੀ ਹੋਣੀ ਹੋਏ ਉਹਨਾਂ ਦੀ ਸਕਿਨ ਦੀਆਂ ਕੋਈ ਪ੍ਰੋਬਲਮਸ ਹੋਣ ਦੌਰੇ ਪੈਂਦੇ ਹੋਣ ਹੱਡੀਆਂ ਟੱਡੀਆਂ ਹੋਣ ਇਹ ਸਾਰੀਆਂ ਚੀਜ਼ਾਂ ਦੇ ਦਿਮਾਗੀ ਪੱਖੋਂ ਨਕਾਰਾ ਹੋਣ ਹਰ ਚੀਜ਼ ਦਾ ਮੁਫਤ ਇਲਾਜ ਜੇ ਮੁਫਤ ਹਰ ਟੈਸਟ ਹੈ ਪਰਚੀ ਤੱਕ ਫ੍ਰੀ ਹੈ 1 ਰੁਪਿਆ ਵੀ ਨਹੀਂ ਲੱਗਣਾ ਜੇ ਲੱਖ ਤੋਂ ਛਡੋ 10 ਲੱਖ ਤੱਕ ਦਾ ਵੀ ਖਰਚਾ ਹੈ ਮੈਂ ਦੱਸਿਆ ਦਿਲ ਦੇ ਆਪਰੇਸ਼ਨ ਤੱਕ ਵੀ ਸਾਰਾ ਕੁਝ ਫ੍ਰੀ ਜੇ ਤਾਂ ਉਹ ਸਾਡੇ ਪੰਜਾਬੀਆਂ ਤੱਕ ਜਾਣਕਾਰੀ ਨਹੀਂ ਪਹੁੰਚ ਰਹੀ ਸਾਡੇ ਬਹੁਤੇ ਪੰਜਾਬੀ ਨਹੀਂ ਆ ਰਹੇ ਪਰ ਅਸੀ ਆ ਰਹੇ ਨੇ ਜ਼ਿਆਦਾ ਸਰਕਾਰੀ ਹਸਪਤਲ ਕਿ ਪ੍ਰਾਈਵੇਟ ਚ ਵੀ ਜੀ ਨਹੀਂ ਬਿਲਕੁਲ ਪ੍ਰਾਈਵੇਟ ਵਿੱਚ ਵੀ ਜੀ ਜੇ ਤੁਸੀਂ ਉਹ ਸਰਕਾਰੀ ਹਸਪਤਲ ਦੇ ਵਿੱਚ ਨਹੀਂ ਹੈ ਕਿਤੇ ਇਲਾਜ ਤਾਂ ਉਹ ਹੁਣ ਵੀ ਪੀਜੀਆਈ ਵਿੱਚ ਜਾਂ ਫੋਰਟਿਸ ਵਿੱਚ ਉਹਨਾਂ ਨੂੰ ਅਸੀਂ ਰੈਫਰ ਕਰਦੇ ਆਂ ਉਹ ਬਕਾਇਦਾ ਨੰਬਰ ਰਜਿਸਟਰ ਹੋ ਜਾਂਦੇ ਨੇ ਉਹਨਾਂ ਦੇ ਤਾਂ ਉਹ ਟੋਟਲ ਫ੍ਰੀ ਆਫ ਕਾਸਟ ਟ੍ਰੀਟਮੈਂਟ ਹੈ ਉਹਨਾਂ ਦੀ ਪ੍ਰਾਈਵੇਟ ਚ ਵੀ ਫ੍ਰੀ ਹੋਏਗੀ ਇੱਕ ਵਾਰ ਸਿਰਫ ਰਜਿਸਟ੍ਰੇਸ਼ਨ ਦੀ ਲੋਡ ਹੁੰਦੀ ਹੈ ਸੋ ਦਵਾਈਆਂ ਜਿੰਨੀਆਂ ਉਹ ਵੀ ਉਹਨਾਂ ਨੂੰ ਫ੍ਰੀ ਨੇ ਉਹ ਪੋਸਟ ਆਪ ਜਿਹੜੀ ਫਾਲੋ ਅਪ ਹੈ ਉਹ ਵੀ ਸਾਰੀ ਫ੍ਰੀ ਹੈ ਸੋ ਗੱਲ ਸਿਰਫ ਇਹ ਹੈ ਕਿ ਉਹਨਾਂ ਤਾਈਂ ਜਾਣਕਾਰੀ ਹੀ ਨਹੀਂ ਸਾਡੇ ਪੰਜਾਬੀਆਂ ਨੂੰ ਜਿਹੜੇ ਵਿਚਾਰੇ ਗਰੀਬ ਸਗੋਂ ਆਪਣੇ ਬੱਚੇ ਔਖੇ ਸੌਖੇ ਸਰਕਾਰੀ ਚ ਪੜਾ ਰਹੇ ਨੇ ਉਹ ਸਗੋਂ ਇਸ ਜਿਹੜੀ ਫਾਇਦਾ ਹੋਣਾ ਚਾਹੀਦਾ ਉਸ ਤੋਂ ਸਗੋਂ ਵਿਚਾਰੇ ਪਰਾਂ ਰਹਿ ਰਹੇ ਨੇ ਤੇ ਉਹ ਪੁੱਠਾ ਕੰਮ ਸਗੋਂ ਹੋ ਰਿਹਾ ਕਿ ਉਹਨਾਂ ਨੂੰ ਜਾਣਕਾਰੀ ਹੈ ਉਸਗੋਂ ਇੱਥੇ ਆ ਕੇ ਇਲਾਜ ਜ਼ਰੂਰ ਕਰਨ ਪਰ ਧੋਖਾ ਤੜੀ ਨਹੀਂ ਹੋਣੀ ਚਾਹੀਦੀ ਯਾਨੀ ਤੁਸੀਂ ਰੈ residențial ਪ੍ਰੂਫ ਵੀ ਝੂਠਾ ਬਣਾ ਲਿਆ ਇੱਥੇ ਆ ਕੇ ਜੋ ਨਾਲ ਤੁਸੀਂ ਦੋ ਦੋ ਪਾਸੇ ਰਜਿਸਟ੍ਰੇਸ਼ਨ ਕਰਾ ਕੇ ਪੜਾਅ ਵੀ ਲੈ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਦੀਆਂ ਸਹੂਲਤਾਂ ਵੀ ਲੈ ਲਈਆਂ ਮਤਲਬ ਇਹਦੇ ਤੇ ਸਰਕਾਰੀ ਸਕੂਲ ਦੇ ਮਾਸਟਰ ਵੀ ਜ਼ਿੰਮੇਵਾਰ ਹੋਣਗੇ ਜਿਹੜੇ ਡਮੀ ਐਡਮਿਸ਼ਨ ਕਰ ਰਹੇ ਜੀ ਇਹ ਸਾਡੀ ਟਰਾਂਸਫਰ ਨਾ ਕਿਤੇ ਹੋ ਜੇ ਡਮੀ ਐਡਮਿਸ਼ਨ ਕਰ ਲੂਗੇ ਬਿਲਕੁਲ ਪਰ ਗੱਲ ਇਹ ਹੈ ਕਿ ਕਿਤੋਂ ਨਾ ਕਿਤੋਂ ਉਹ ਜਿਹੜਾ ਰੈ residen tial proof ਵੀ ਨਕਲੀ ਬਣ ਰਿਹਾ ਉਹ ਵੀ ਕਿਤੇ ਨੇ ਕਿਤੇ ਤਾਂ ਆਖਰ ਕੋਈ ਨਾ ਕੋਈ ਤੱਕ ਇਹੋ ਜੀ ਚੀਜ਼ ਕਰ ਹੀ ਰਿਹਾ ਸੋ ਇਹ ਸਾਰੀਆਂ ਚੀਜ਼ਾਂ ਦਾ ਜ਼ਰੂਰ ਖੋਜ ਹੋਣੀ ਚਾਹੀਦੀ ਹੈ ਇਸ ਥਾਂ ਦੀ ਕਿ ਕੌਣ ਆਖਰ ਇਹ ਸਾਰਾ ਕੁਝ ਕਰ ਰਿਹਾ ਹੈ ਇਸ ਦੇ ਵਿੱਚ ਜਿਹੜੀ ਗੱਲ ਅਸਲ ਚ ਇਹ ਹੈ ਕਿ ਉਹਨਾਂ ਦੇ ਬਹੁਤੇ ਬੱਚੇ ਜੋ ਪ੍ਰਾਈਵੇਟ ਚ ਪੜ ਰਹੇ ਨੇ ਉਹ ਕੋਸ਼ਿਸ਼ ਇਹੋ ਕਰ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਈਐਸ ਬਣਾਈਏ ਆਈਪੀਐਸ ਬਣਾਈਏ ਜੱਜ ਬਣਾਈਏ ਇੱਥੇ ਐਡਜਸਟ ਕਰੀਏ ਤਾਂ ਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਥੋੜਾ ਸੁਖਾਲਾ ਹੈ ਤੇ ਸਾਡੇ ਬੱਚੇ ਅਸਲ 'ਚ ਸਾਡੀ ਇਹ ਸਰਜ਼ਮੀ ਛੱਡ ਕੇ ਦੌੜਦੇ ਪਏ ਨੇ ਬਾਹਰ ਨੂੰ ਸੋ ਨਤੀਜਾ ਤੁਹਾਡੇ ਸਾਹਮਣੇ ਆ ਕਿੰਨੇ ਕੁ ਜ਼ਿਆਦਾ ਆਈਐਸ ਆਫਿਸਰਸ ਕਿੰਨੇ ਕੁ ਜ਼ਿਆਦਾ ਆਈਪੀਐਸ ਆਫਿਸਰਸ ਸਾਡੇ ਕੋਲ ਯੂਪੀ ਤੇ ਬਿਹਾਰ ਤੋਂ ਨੇ 80% ਤੋਂ ਉੱਪਰ ਨੇ ਜੇ ਤੁਹਾਨੂੰ ਪੀੜ ਪੰਜਾਬ ਲਈ ਹੈ ਮੈਨੂੰ ਪੀੜ ਪੰਜਾਬ ਲਈ ਹੈ ਤਾਂ ਮੈਂ ਤਾਂ ਦਾਅਵੇ ਨਾਲ ਕਹਿ ਸਕਦੀਆਂ ਜੇ ਕੋਈ ਸਾਡਾ ਬਿਹਾਰੀ ਵੀਰ ਆ ਕੇ ਇੱਥੇ ਆਈਐਸ ਬਣਦਾ ਉਹਨੂੰ ਪੀੜ ਬਿਹਾਰ ਲਈ ਹੋਏਗੀ ਉਹਨੂੰ ਬਿਹਾਰ ਦੇ ਆਪਣੇ ਕੋਈ ਲੋਕ ਲਈ ਉਹਨੂੰ ਜ਼ਿਆਦਾ ਨਜ਼ਦੀਕ ਲੱਗਣਗੇ ਉਹਨੂੰ ਪੰਜਾਬ ਪ੍ਰਤੀ ਕੀ ਪੀੜ ਹੋਏਗੀ ਕਿ ਉਹ ਪੰਜਾਬ ਦੇ ਬਿਹਤਰੀ ਲਈ ਉਹਨਾਂ ਨਿਠ ਕੇ ਕੰਮ ਕਰੇ ਸੋ ਇਹ ਸਾਡੇ ਬੱਚਿਆਂ ਨੂੰ ਪਤਾ ਨਹੀਂ ਕਦੋਂ ਸਮਝ ਆਣੀ ਹੈ ਕਿ ਅਸੀਂ ਘਟੋ ਘਟ ਪੰਜਾਬ ਇੱਕ ਤਰੀਕੇ ਜੇ ਅਸੀਂ ਥੋੜੀ ਜੀ ਡੰਗ੍ਹਾਈ ਨਾਲ ਸੋਚੀਏ ਬਿਹਾਰ ਵਿੱਚ ਜਾ ਕੇ ਕੋਈ ਹੋਰ ਨਹੀਂ ਵਸ ਰਿਹਾ ਕਿ ਕਈ ਬਿਹਾਰ ਖਾਲੀ ਹੋ ਰਿਹਾ ਯੂਪੀ ਖਾਲੀ ਨਹੀਂ ਹੋ ਰਿਹਾ ਰਾਜਸਥਾਨ ਖਾਲੀ ਨਹੀਂ ਹੋ ਰਿਹਾ ਪੰਜਾਬ ਦੀ ਡੈਮੋਗ੍ਰਾਫਿਕ ਚੇਂਜ ਜੇ ਦੂਜੇ ਥਾਵਾਂ ਤੇ ਜ਼ਰੂਰ ਜਾ ਰਹੇ ਨੇ ਪਰ ਇੱਥੇ ਦੀ ਖਾਤਮੇ ਦੇ ਨਾਲ ਸਾਡੀ ਤਾਂ ਦੇਖੋ ਨਾ 30% ਤਾਂ ਸਾਡੇ ਕੌਮ ਉਦੋਂ ਹੀ ਨਾ ਸਮਾਰ ਦਿੱਤੀ ਗਈ ਸੀ ਗੋਬਿੰਦ RAM ਵਰਗੇ ਬੰਦਿਆਂ ਨੇ ਜਦੋਂ ਸਾਡੇ 15 ਤੋਂ 45 ਸਾਲ ਦੇ ਨੌਜਵਾਨ ਖਤਮ ਕੀਤੇ ਸੀ ਸਾਡੇ 30% ਉਹ ਨੇ ਜਿਹੜੇ ਬਹੁਤ ਉੱਚ ਪੱਧਰੀ ਜਿਹੜੇ ਬੁੱਧੀਜੀਵੀ ਜਿਨ੍ਹਾਂ ਨੂੰ ਭਾਵੇਂ ਟਾਪ ਦੇ ਆਈਏ ਸੋਂ ਟਾਪ ਦੇ ਡਾਕਟਰਸ ਹੋਣ ਉਹ ਤਿਲਾਂਜਲੀ ਦੇ ਕੇ ਗਏ ਪੰਜਾਬ ਨੂੰ ਵਾਪਸ ਉਹਨਾਂ ਦੇ ਬੱਚੇ ਨਹੀਂ ਆਣਾ ਚਾਹੁੰਦੇ ਉਹਨਾਂ ਨੂੰ ਕੋਈ ਮੋਹ ਨਹੀਂ ਰਿਹਾ ਉਹ ਚਲੇ ਗਏ ਨੇ ਤਾਂ ਬਾਕੀ ਜਿਹੜੇ ਰਹਿ ਗਏ 40% ਚੋਂ ਅੰਦਾਜ਼ਾ ਲਾ ਲਓ ਕਿ ਉਹਨਾਂ ਚੋਂ ਕਿੰਨੇ ਕਨੇ ਜਿਹੜੇ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਪ੍ਰਫੁੱਲਿਤ ਕਰਨ ਲਈ ਜ਼ੋਰ ਲਾਉਂਦੇ ਹੋਣ ਜਾਂ ਵੱਡੀ ਗਿਣਤੀ ਅਜੇ ਵੀ ਉੱਡ ਜਾਣ ਨੂੰ ਤਿਆਰ ਨੇ ਇਹਦੇ ਚ ਕਸੂਰਵਾਰ ਕੌਣ ਹੈ ਕੀ ਇੱਥੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਕੁਝ ਅਜਿਹਾ ਦੇ ਸਕੇ ਜਿਸ ਲਈ ਉਹਨਾਂ ਦੀ ਖਿੱਚ ਉੱਥੇ ਰਹਿ ਸਕੇ ਕਿਉਂ ਸਾਡੇ ਜਦੋਂ ਪ੍ਰਵਾਸ ਕਰਕੇ ਜਾਂਦੇ ਨੇ ਬਾਹਰ ਉਹਨਾਂ ਦੇ ਬੱਚੇ ਵਾਪਸ ਪੰਜਾਬ ਵੱਲ ਨਹੀਂ ਆਉਣਾ ਚਾਹੁੰਦੇ ਤਾਂ ਇਹ ਇੱਥੋਂ ਦੇ ਪੜ ਕੇ ਕਿਉਂ ਹਰ ਸਾਲ ਵਾਪਸ ਜਾਂਦੇ ਨੇ ਅਸੀਂ ਬਿਹਾਰ ਜ਼ਰੂਰ ਜਾਣਾ ਜਿੰਨੇ ਵੀ ਆਉਂਦੇ ਨੇ ਸਾਡੇ ਕੋਲ ਮਜ਼ਦੂਰ ਪ੍ਰਵਾਸੀ ਮਜ਼ਦੂਰ ਵੀ ਆ ਜਿਹੜੇ ਪੜ ਵੀ ਰਹੇ ਨੇ ਸਕੂਲਾਂ ਚੋਂ ਛੁੱਟੀਆਂ ਲੈ ਕੇ ਵੀ ਜਾਂਦੇ ਨੇ ਬਿਹਾਰ ਵਾਪਸ ਜਾਣਾ ਉਹਨਾਂ ਨੂੰ ਮੋਹ ਹੈ ਲਗਾਅ ਹੈ ਅਜੇ ਵੀ ਉਸ ਥਾਂ ਨਾਲ ਅਸੀਂ ਉਹ ਲਗਾਓ ਖਤਮ ਕਰ ਦਿੱਤਾ ਸੋ ਇਹ ਪੰਜਾਬ ਦੀ ਜਿਹੜੀ ਡੈਮੋਗ੍ਰਾਫਿਕ ਚੇਂਜ ਹੁੰਦੀ ਪਈ ਜੇ ਉਸ ਚ ਪੰਜਾਬੀਆਂ ਦੀ ਗਿਣਤੀ ਦਾ ਘਾਟਾ ਸ਼ਾਇਦ ਸਾਡੇ ਨਹੀਂ ਸਮਝ ਨਹੀਂ ਆ ਰਿਹਾ ਪਰ ਅਸਲ ਨੁਕਸਾਨ ਪਤਾ ਜੇ ਕੀ ਹੋਣਾ ਅੱਜ ਦੇ ਦਿਨ ਅਸੀਂ ਸੋਚ ਰਹੇ ਹਾਂ ਕਿ ਪੰਜਾਬ ਪ੍ਰਤੀ ਪੀੜ ਤੁਹਾਨੂੰ ਹੈ ਤੁਸੀਂ ਹਰ ਰੋਜ਼ ਮੁੱਦੇ ਚੁੱਕਦੇ ਹੋ ਜਗਾਉਂਦੇ ਹੋ ਕਿਤੇ ਨਾ ਕਿਤੇ ਆਵਾਜ਼ ਪਹੁੰਚਦੀ ਹੈ ਲੋਕ ਖੜੇ ਹੁੰਦੇ ਨੇ ਇਹ ਸਾਰੀ ਜੋ ਐਸ ਉਮਰ ਦੇ ਨੇ ਇਹ ਅਗਲੇ 50 ਵਰਿਆਂ ਚ ਨਹੀਂ ਹੋਣਾ ਤੇ ਜਿੱਥੇ ਅਸਲ ਲੋੜ ਜੇ ਨਾ ਕੰਮ ਕਰਨ ਦੀ ਕਿ ਸਾਡੀ ਨੌਜਵਾਨ ਪੀੜੀ ਸਾਡੀ ਪਹਿਲੀ ਜਮਾਤ ਦੂਜੀ ਜਮਾਤ ਤੀਜੀ ਜਮਾਤ ਦਾ ਬੱਚਾ ਉਹ ਕਿਸੇ ਵੀ ਪੰਜਾਬ ਪ੍ਰਤੀ ਮੌਨ ਨਹੀਂ ਪਾਲ ਰਿਹਾ ਜਿਹੜੀਆਂ ਪੰਜਾਬ ਦੀਆਂ ਮਾਵਾਂ ਨੇ ਇਸ ਵੇਲੇ ਉਹ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਇੱਥੇ ਦਾਖਲ ਨੇ ਦੇਖਿਓ ਜ਼ਾਕ ਜਾ ਕੇ ਵਾਰਡ ਵਿੱਚ ਜਿਹੜੀਆਂ ਵੀ ਪਿੰਡਾਂ ਤੋਂ ਆਈਆਂ ਵੀ ਮਾਵਾਂ ਨੇ ਨਾ ਬੱਚੇ ਨੂੰ A ਤੇ B ਬੁਲਵਾਉਂਦੀਆਂ ਨੇ ਊੜਾ ਤੇ ਐੜਾ ਨਹੀਂ ਬੁਲਵਾਉਂਦੀਆਂ ਜਿਵੇਂ ਰਾਜਸਥਾਨ ਗਵਰਨਮੈਂਟ ਸ਼ੁਰੂ ਤੋਂ ਫ੍ਰੀ ਲਾਜ਼ ਕਰਦੀ ਸੀ ਕਿਉਂਕਿ ਉਹਦੇ ਚ ਪੰਜਾਬ ਗਵਰਨਮੈਂਟ ਵੀ ਸ਼ੇਅਰ ਪਾਉਂਦੀ ਸੀ ਜਾਂ ਜੇ ਫ੍ਰੀ ਰਾਜਸਥਾਨ ਗਵਰਨਮੈਂਟ ਕਰਦੀ ਤਾਂ ਉਹ ਬੀਕਾਨੇਰ ਟ੍ਰੇਨ ਕਰਕੇ ਫੇਮਸ ਹੋ ਗਈ ਜੀ ਦੇਖੋ ਪਹਿਲਾਂ ਤਾਂ ਉਹਨਾਂ ਦਾ ਇਲਾਜ ਫ੍ਰੀ ਸੀ ਪਰ ਜੋ ਮੈਨੂੰ ਦੱਸਿਆ ਗਿਆ ਹੁਣ ਇਸ ਚ ਕਿੰਨਾ ਸੱਚ ਹੈ ਕਿੰਨਾ ਝੂਠ ਕਿਉਂਕਿ ਉਹ ਡਾਕਟਰ ਵੱਲੋਂ ਹੀ ਦੱਸਿਆ ਗਿਆ ਸੀ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਕੁਝ ਪੈਸੇ ਇਹਨਾਂ ਦੇ ਮੁੱਖ ਮੰਤਰੀ ਕੈਂਸਰ ਸਕੀਮ ਵੱਲੋਂ ਉਹਨਾਂ ਨੂੰ ਭੇਜੇ ਜਾਂਦੇ ਸਨ ਜਿਹੜੇ ਨਾਲ ਵਰਤੇ ਜਾਂਦੇ ਸਨ ਤੇ ਬਾਕੀ ਉਹ ਗਵਰਨਮੈਂਟ ਆਪਣੇ ਵੱਲੋਂ ਸਬਸਿਡਾਈਜ਼ ਕਰਕੇ ਸੋ ਇਹਨਾਂ ਨੂੰ ਲਗਭਗ ਫ੍ਰੀ ਇਲਾਜ ਸੀ ਉਹ ਹੁਣ ਟੋਟਲ ਬੰਦ ਹੋ ਗਿਆ ਜੋ ਉਹਨਾਂ ਨੇ ਕਿਹਾ ਕਿ ਉਹ ਪੈਸੇ ਸਾਨੂੰ ਬਿਲਕੁਲ ਬੰਦ ਹੋ ਗਏ ਨੇ ਉਹ ਨਹੀਂ ਆ ਰਹੇ ਪਰ ਹੁਣ ਉਹ ਕਿਸ ਲੈਵਲ ਤੇ ਕਦੋਂ ਬੰਦ ਹੋਏ ਕਿਉਂਕਿ 3.5 ਸਾਲ ਪਹਿਲਾਂ ਚੱਲ ਰਹੇ ਸਨ ਹੁਣ ਇਹ 3 ਸਾਲ ਤੋਂ ਜਦੋਂ ਬੰਦ ਨੇ ਦਾ ਮਤਲਬ ਇਹ ਕਿ ਐਸ ਵੇਲੇ ਤਾਂ ਉਹ ਸਾਰੇ ਕਿਤੇ ਨਾ ਕਿਤੇ ਰੋਲ ਰਹੇ ਨੇ ਇੰਨੀ ਤਾਂ ਗੱਲ ਪੱਕੀ ਹੈ ਉੱਥੇ ਤਾਂ ਉਹ ਨਹੀਂ ਪਹੁੰਚ ਰਹੇ ਕਿ ਸਭ ਤੋਂ ਢੀਗ ਲੇ ਕਿ ਕਿ ਸਿਰਫ ਬੀਕਨੇਰੀ ਇਲਾਜ ਹੁੰਦਾ ਸੀ ਜਾਂ ਕਿ ਪੰਜਾਬ ਚ ਕੈਂਸਰ ਦਾ ਇਲਾਜ ਨਹੀਂ ਹੈਗਾ ਇਸ ਕਰਕੇ ਲੋਕਾਂ ਨੂੰ ਉਥੇ ਬੀਕਨੇਰ ਜਾਣਾ ਪੈਂਦਾ ਸੀ ਅ ਅਸਲ ਵਿੱਚ ਉੱਥੇ ਪਹਿਲਾਂ ਇਹ ਸਾਰੇ ਐਡਵਾਂਸਡ ਸਟੇਜ ਟ੍ਰੀਟਮੈਂਟ ਸ਼ੁਰੂ ਹੋ ਚੁੱਕੀ ਸੀ ਜੋ ਕਿ ਉਦੋਂ ਪੰਜਾਬ ਵਿੱਚ ਇੰਨੇ ਵੱਡੀ ਪੱਧਰ ਤੇ ਨਹੀਂ ਸੀ ਹੁਣ ਟਾਟਾ ਮੈਮੋਰੀਅਲ ਵਾਲਿਆਂ ਨੇ ਵੀ ਖੋਲ੍ਹਿਆ ਅ ਹੁਣ ਗਰੂਰ ਵਿੱਚ ਵੀ ਜਿਵੇਂ ਸ਼ੁਰੂ ਹੋ ਚੁੱਕਾ ਹੋਇਆ ਜਾਂ ਏਮਜ਼ ਬਠਿੰਡਾ ਵਿੱਚ ਵੀ ਉਹਨਾਂ ਨੇ ਹੁਣ ਸ਼ੁਰੂ ਕਰ ਰਹੇ ਨੇ ਸਾਰਾ ਕੁਝ ਅ ਗੱਲ ਸਿਰਫ ਇਹ ਹੈ ਕਿ ਕੀ ਉਹ ਪੂਰਨ ਰੂਪ ਵਿੱਚ ਮੁਫਤ ਹੈ ਜਿਵੇਂ ਉਹਨਾਂ ਨੂੰ ਉੱਥੇ ਮਿਲ ਰਿਹਾ ਸੀ ਜਾਂ ਨਹੀਂ ਜੀ ਤੇ ਸਰਵੇ ਦੀ ਲੋੜ ਹੈ ਕਿ ਕੀ ਉਹ ਸਾਰੇ ਦੇ ਸਾਰੇ ਮਰੀਜ਼ ਜੋ ਇੰਨੀ ਭਾਰੀ ਗਿਣਤੀ ਚ ਉਥੇ ਜਾ ਰਹੇ ਸਨ ਕਿ ਉਹ ਸਾਰੇ ਦੇ ਸਾਰੇ ਇੱਥੇ ਐਡਜਸਟ ਹੋ ਗਏ ਨੇ ਉਹਨਾਂ ਦਾ ਇਲਾਜ ਫ੍ਰੀ ਹੋ ਰਿਹਾ ਜਾਂ ਨਹੀਂ